Hi, good morning everyone. This is Navkar Hukati. ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਐਂਡ ਵੈਲਕਮ ਬੈਕ ਟੂ ਮਾਈ ਨਿਊ ਵਲੌਗ. ਅੱਜ ਵਾਲਾ ਵਲੌਗ ਅਰਾਊਂਡ 11 ਵਜੇ ਸਟਾਰਟ ਕਰ ਰਹੀ ਹਾਂ. ਮੋਰਨਿੰਗ ਅਸੀਂ ਉੱਠ ਪਹਿਲਾਂ ਗਏ ਸੀ ਅਰਾਊਂਡ 8 ਵਜੇ. ਚਾਹ ਵਗੈਰਾ ਆਪਾਂ ਪੀ ਲਈ ਆ, ਠੀਕ ਆ. ਅਤੇ ਹੁਣ ਮੈਂ ਅੱਜ ਸਭ ਤੋਂ ਪਹਿਲਾਂ ਕੰਮ ਹੈ ਥਰੈਡਿੰਗ ਕਰਨ ਜਾਣੀ ਹਾਂ. ਫਾਈਨਲੀ ਥਰੈਡਿੰਗ ਕਰਾਉਣ ਜਾ ਰਹੀ ਹਾਂ. ਸੋ ਬਾਹਰ ਮੀਂਹ ਪੈ ਰਿਹਾ, ਹਲਕਾ ਹਲਕਾ ਮੌਸਮ, ਪਤਾ ਨਹੀਂ ਕਿੱਦਾਂ ਦਾ ਵਾ. ਅਤੇ ਜਾਂਦੇ ਹਾਂ ਬਾਹਰ. ਇਹ ਮੈਂ ਕੱਲ੍ਹ ਦਾ ਇੱਥੇ ਰੱਖਿਆ ਹੋਇਆ ਕਿਉਂਕਿ ਖਤਮ ਹੋ ਗਿਆ. ਕਿਸੇ ਨੇ ਇਹਨੂੰ ਚੱਕ ਕੇ ਡਸਟਬਿਨ 'ਚ ਨਹੀਂ ਪਾਇਆ. ਮੈਂ ਪਾਊਂਗੀ ਤਾਂ ਮੈਂ ਪਾਊਂਗੀ, ਨਹੀਂ ਤਾਂ ਕਿਸੇ ਨੇ ਨਹੀਂ ਪਾਉਣਾ, ਠੀਕ ਹੈ. ਚਲੋ ਆਪਾਂ ਮੌਸਮ ਦੇਖਦੇ ਹਾਂ ਬਾਹਰ. ਉਹ ਮੀਂਹ ਪੈ ਰਿਹਾ ਯਾਰ, ਮੀਂਹ ਪੈ ਰਿਹਾ. ਅਤੇ ਮੈਂ ਤਾਂ ਕਰਮ ਨੇ ਤਾਂ ਜਾਣਾ ਕਿਤੇ. ਔਰ ਇਹ ਵਾਲੀ ਹੁਣ ਮੈਂ ਕਾਰ ਪਹਿਲਾਂ ਮੂਵ ਕਰਾਉਣੀ ਆ, ਜਾਂ ਮੈਂ ਕਰਮ ਦੀ ਕਾਰ ਲੈ ਜਾਂ ਆਪਣੀ ਕਾਰ. ਨਹੀਂ, ਕਰਮ ਦੀ ਕਾਰ ਲੈ ਕੇ ਜਾਂਦੀ ਹਾਂ. ਸੋ ਚਲੋ ਚੱਲਦੇ ਹਾਂ. ਹੁਣ ਪਹਿਲਾਂ ਚਾਬੀ ਆਪਣੇ ਵਾਲੀ ਦੀ ਰੱਖ ਦਿੰਦੇ ਹਾਂ, ਅਤੇ ਘਰਾਂ ਵਾਲੀ ਗੱਡੀ ਦੀ ਚਾਬੀ ਲੈ ਕੇ ਆਉਂਦਾ ਮੈਂ ਹੁਣ ਤਾਂ. ਸਰਕਾਰ ਲੈ ਲਈ ਸਟਾਰਟ ਕਰ ਲਏ. ਹੁਣ 2 ਮਿੰਟ ਜਦ ਤੱਕ ਕਾਰ ਸਟਾਰਟ ਹੁੰਦੀ ਆ, ਤਦ ਤੱਕ ਆਪਾਂ ਭਾਂਡੇ ਮਾਂਜ ਲੈਂਦੇ ਹਾਂ, ਕਿਉਂਕਿ ਫਿਰ ਭਾਂਡੇ ਪਏ ਚੰਗੇ ਨਹੀਂ ਲੱਗਦੇ, ਹੈ ਨਾ. ਉਸ ਤੋਂ ਬਾਅਦ ਮੈਂ ਤਾਂ ਕਰਨੇ ਕਿਤੇ ਜਾਣਾ. ਸੋ ਅੱਜ ਮੈਂ ਫਾਈਨਲੀ ਬਹੁਤ ਸਾਰੇ ਕੰਮ ਕਰਨੇ ਆ, ਮੈਂ ਸਾਰੇ ਦਿਖਾਉਂਗੀ ਤੁਹਾਨੂੰ ਵਲੌਗ ਦੇ ਵਿੱਚ ਆਪਾਂ ਕਿੱਥੇ ਕਿੱਥੇ ਜਾਂਦੇ ਹਾਂ. ਸੋ ਅੱਜ ਸਾਰਾ ਦਿਨ, ਕਿਉਂਕਿ ਕਰਮ ਫਰੀ ਆ, ਕਰਮ ਨੂੰ ਕੋਈ ਹੋਰ ਕੰਮ ਨਹੀਂ ਹੈ, ਪਰ ਮੇਰੇ ਕੋਲ ਬਹੁਤ ਸਾਰੇ ਕੰਮ ਆ, ਅਸੀਂ ਸਾਰੇ ਕੰਮ ਨਿਪਟਾਉਣੇ ਆ ਅੱਜ. ਸੋ ਦੇਖਦੇ ਹਾਂ ਵਲੌਗ ਕਿੱਥੇ ਤੱਕ ਜਾਂਦਾ. ਮੌਸਮ ਠੀਕ ਆ, ਠੰਡਾ, ਹਲਕਾ ਹਲਕਾ ਜਿਹਾ ਠੰਡਾ. ਮੈਨੂੰ ਕਹਿੰਦੇ ਉੱਪਰ ਨਾ ਗੱਡੀ ਚੜ੍ਹਾਈ, ਠੀਕ ਆ, ਉੱਥੇ ਲਗਾ ਦੀ ਕਿ ਤੂੰ ਘਾਹ 'ਤੇ ਚੜ੍ਹਾ ਦੇਣੀ ਗੱਡੀ, ਜਾਂ ਕਿਤੇ ਮਤਲਬ ਗੱਡੀ ਸਹੀ ਨਹੀਂ ਲਾਊਂਗੀ. ਆਪ ਘਾਹ 'ਤੇ ਚੜ੍ਹਾਈ ਹੋ, ਦੇਖੋ. ਸਰਕਾਰ ਦੀ ਸੀਟ ਐਡਜਸਟ ਕਰ ਲਈ ਆ ਮੈਂ, ਕਾਰ ਹੁਣ ਕਰ ਲਈ, ਬੈਲਟ ਵੀ ਲਗਾ ਲਈ. ਸੋ ਹੁਣ ਚੱਲਦੇ ਹਾਂ ਆਪਾਂ. ਸੋ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਆ, ਮੌਸਮ ਬਹੁਤ ਜ਼ਿਆਦਾ ਸੋਹਣਾ ਸੱਚੀ. ਲਾਈਕ ਠੰਡ ਵੀ ਨਹੀਂ ਆ, ਬਟ ਗਰਮੀ ਵੀ ਨਹੀਂ ਆ, ਬਟ ਸੋਹਣਾ ਮੌਸਮ. ਥੋੜ੍ਹਾ ਜਿਹਾ ਹੋ ਜਾ ਚੰਨਾ ਦੁਨੀਆ ਤੋਂ ਫਰਜੀ, ਆਉਣਾ ਤੇਰੀ ਮਰਜ਼ੀ ਤੇ ਜਾਣਾ ਮੇਰੀ ਮਰਜ਼ੀ. ਮੈਂ ਕਿਹਾ ਇੱਥੇ ਸਾਰੇ ਸਿੰਗਰ ਬਣੇ ਪਏ, ਆਪਾਂ ਵੀ ਬਣ ਜਾਈਏ. ਹੁਣ ਮੈਨੂੰ ਐਮਰਜੈਂਸੀ ਆ ਤਾਂ ਮੈਂ ਆਪਣੇ ਘਰ ਦੇ ਬਿਲਕੁਲ ਆ ਨੇੜੇ ਵਾਲੇ ਤੋਂ ਕਰਵਾ ਰਹੀ ਹਾਂ, ਨਹੀਂ ਤਾਂ ਮੈਂ ਇੱਕ ਦੀਦੀ ਆ ਉਹਨਾਂ ਤੋਂ ਘਰੋਂ ਹੀ ਕਰਵਾਉਣੀ ਹੁੰਦੀ ਆ ਸਾਰੀਆਂ ਸਰਵਿਸਿਸ. ਅਤੇ ਬਹੁਤ ਸਹੀ ਹੋ ਗਿਆ ਕਿ ਆਪਾਂ ਨੂੰ ਇੱਥੇ ਬਿਲਕੁਲ ਨੇੜੇ ਹੀ ਮੈਨੂੰ ਪਾਰਕਿੰਗ ਮਿਲ ਗਈ. ਕਾਰ ਪਾਰਕ ਕਰਦੇ ਹਾਂ ਹੁਣ ਅਤੇ ਜਾਂਦੇ ਹਾਂ. ਥੋੜ੍ਹੀ ਮੈਂ ਗੱਡੀ ਲਾਗੇ ਲਾਉਣ ਲੱਗੀ ਸੀ, ਫਿਰ ਮੈਂ ਇੱਥੇ ਬਿਲਕੁਲ ਸਾਈਡ 'ਤੇ ਲਗਾਤੀ ਆ, ਕਿਉਂਕਿ ਫਿਰ ਉੱਥੇ ਕਿਸੇ ਨੇ ਸਕਰੈਚ ਸਕਰੂਚ ਮਾਰਤੀ ਤਾਂ ਮੇਰੇ ਬੰਦੇ ਨੇ ਮੇਰੀ ਜਾਨ ਲੈ ਲੈਣੀ, ਇਸ ਲਈ ਗੱਡੀ ਆਪਣੀ ਲੱਗੀ ਅਤੇ ਸੇਫ ਸਾਈਡ 'ਤੇ. ਅਤੇ ਆਹ ਵੀਡੀਓ ਮੈਂ ਕਰਮ ਨੂੰ ਸਪੈਸ਼ਲ ਭੇਜੂੰਗੀ ਕਿ ਹਾਂ ਦੇਖ ਲਓ ਤੁਹਾਡੀ ਕਾਰ ਨੂੰ ਮੈਂ ਸਾਈਡ 'ਤੇ ਲਗਾ. ਸੋ ਚੱਲਦੇ ਹਾਂ. ਸਮੇਂ ਥਰੈਡਿੰਗ ਕਰਾ ਲਈ ਆ, ਡਨ ਹੋ ਗਿਆ ਐਂਡ ਫੇਸ ਬਹੁਤ ਕਲੀਨ ਕਲੀਨ ਲੱਗ ਰਿਹਾ. ਸਿਰਫ ਥਰੈਡਿੰਗ ਦੇ ਨਾਲ ਹੀ ਫੇਸ ਕਲੀਨ ਲੱਗਣ ਲੱਗ ਜਾਂਦਾ. ਸੋ ਹੁਣ ਆਪਾਂ ਚੱਲਦੇ ਹਾਂ ਘਰੇ, ਕਿਉਂਕਿ ਅੱਜ ਅਸੀਂ ਕਿਤੇ ਜਾਣਾ ਅਤੇ ਮੈਂ ਲਿਟਰਲੀ ਨਹੀਂ ਯੂਜ਼ ਕਰਨਾ, ਮਤਲਬ ਬਹੁਤ ਸਾਰਾ ਕੰਮ ਆ ਸਾਨੂੰ. ਸੋ ਮੈਂ ਕਰਮ ਨੂੰ ਕਹਿ ਕੇ ਆਈ ਸੀ ਕਿ ਤੁਸੀਂ ਰੈਡੀ ਰਹੀਓ, ਅਤੇ ਦੇਖਦੇ ਹਾਂ ਹੁਣ ਰੈਡੀ ਹੋਊਗੇ ਕਿ ਨਹੀਂ. ਸੋ ਚੱਲਦੇ ਹਾਂ. ਸੋ ਫਾਈਨਲੀ ਮੈਂ ਘਰ ਆ ਗਈ ਹਾਂ ਅਤੇ ਆਹ ਮੇਰੀ ਪਾਰਕਿੰਗ ਦੇਖੋ. ਮੈਂ ਇਹਨਾਂ ਦੇ ਇੱਥੇ ਚੜ੍ਹਾਇਆ ਜ਼ਰੂਰ ਆ, ਬਟ ਕਿਉਂਕਿ ਇੱਧਰਲੀ ਸਾਈਡ 'ਤੇ ਗੱਡੀਆਂ ਸੀ, ਠੀਕ ਆ, ਸਬੂਤ ਦੇ ਤੌਰ 'ਤੇ ਕਿ ਇਹਨਾਂ ਨੇ ਵੀ ਗੱਡੀ ਪਾਰਕ 'ਚ ਹੀ ਲਾਈ ਸੀ, ਇਸ ਲਈ ਮੈਂ ਆਹ ਵੀਡੀਓ ਇਹਨਾਂ ਨੂੰ ਭੇਜੂੰਗਾ, ਮਤਲਬ ਭੇਜੂੰਗਾ ਨਹੀਂ, ਦਿਖਾਊਂਗਾ ਜੇ ਇਹ ਮੈਨੂੰ ਬੋਲੇ.
ਥੋੜ੍ਹਾ ਜਿਹਾ ਲੇਟ ਹੋ ਰਹੇ ਸੀ, ਸੋ 6:30 ਆਪਾਂ ਚਲੇ ਗਏ ਅਤੇ ਮੇਰੀ ਐਜ਼ ਮੇਰੀ 1 ਵਜੇ ਕਿਤੇ ਅਪੋਇੰਟਮੈਂਟ ਸੀ, ਉਹਨੂੰ ਆਪਾਂ ਮੀਟ ਕੀਤਾ ਅਤੇ ਆਪਾਂ ਟਾਈਮ ਨਾਲ ਸਾਰਾ ਕੁਛ ਡਨ ਕੀਤਾ। ਮੇਰੇ ਨਾਲ ਪਤਾ ਨਹੀਂ ਕਿਉਂ ਹੁੰਦਾ ਕਿ ਆਲਵੇਜ਼ ਮੇਰਾ ਹੀ ਔਡਰ ਲੇਟ ਹੁੰਦਾ। ਅਸੀਂ ਇੱਥੇ ਪਟਿਆਲਾ ਹਾਊਸ ਐਕਸਪ੍ਰੈਸ ਆਏ ਸੀ ਅਤੇ ਮਤਲਬ ਕੋਈ ਵੀ ਨਹੀਂ ਸੀਗਾ ਕਿਉਂਕਿ ਮੌਸਮ ਇੱਦਾਂ ਦਾ ਸੀ, ਅਤੇ ਇੱਥੇ ਕਰਮ ਆਪਣੇ ਔਡਰ ਦੀ ਵੇਟ ਕਰ ਰਹੇ ਸੀ, ਅਤੇ ਵੇਟ ਨਹੀਂ ਕਰ ਰਹੇ ਸੀ ਮਤਲਬ ਸਨੈਪਚੈਟ ਪਾ ਰਹੇ ਸੀ। ਇਹਨਾਂ ਦਾ ਔਡਰ ਆ ਗਿਆ ਸੀ, ਇਹਨਾਂ ਨੇ ਕੀਤਾ ਅੰਮ੍ਰਿਤਸਰੀ ਕੁਲਚਾ, ਅਤੇ ਮੈਂ ਭਟੂਰੇ ਆਪਣੇ ਭਟੂਰੇ ਛੋਲਿਆਂ ਦੀ ਵੇਟ ਕਰ ਰਹੀ ਸੀ, ਪਤਾ ਨਹੀਂ ਕਦੋਂ ਆਉਣਾ। ਅਤੇ ਫਿਰ ਭੁੱਖ ਇੰਨੀ ਜ਼ਿਆਦਾ ਲੱਗੀ ਸੀ ਕਿ ਸਾਰਾ ਕੁਛ ਖਾ ਲਿਆ ਛੇਤੀ ਛੇਤੀ, ਅਤੇ ਮਤਲਬ ਸੱਚੀ ਸਵਾਦ ਸੀ। ਮੈਂ ਮੋਹੀ ਤੋਂ ਔਡਰ ਕੀਤੀ ਸੀ ਅਤੇ ਇਹਨਾਂ ਨੇ ਮੈਂਗੋ ਲੱਸੀ ਅਸੀਂ ਪੀਤਾ, ਅਤੇ ਅਸੀਂ ਕਿਤੇ ਜਾਣਾ ਸੀ। ਹੁਣ 3 ਵਜੇ ਅਪੁਆਇੰਟਮੈਂਟ ਸੀ ਕਰਮ ਦੀ ਕਿਤੇ, ਅਤੇ ਸਾਨੂੰ ਲਾਈਕ 3:01 ਦਾ ਟਾਈਮ ਹੋ ਰਿਹਾ ਸੀ ਅਤੇ ਪਹੁੰਚ ਜੂੰਗੇ ਆਪਾਂ, ਅਤੇ ਬਟ ਰਸ਼ ਸੀ, ਸਾਨੂੰ ਲੱਗ ਜਾਣਾ ਸੀ ਮਤਲਬ 1-2 ਮਿੰਟ ਤਾਂ ਇੱਧਰ ਉੱਧਰ ਹੋ ਹੀ ਜਾਣੇ ਸੀ। ਸਾਡੇ 12 ਅਸੀਂ ਘਰੋਂ ਗਏ ਸੀ, 4 ਵਜੇ ਘਰ ਆਏ ਹਾਂ। ਚਲੋ ਹੁਣ ਚਲੀ ਜਾਂਦੇ, ਥੋੜ੍ਹੀ ਦੇਰ ਰੈਸਟ ਰੁਸਟ ਕਰਕੇ ਹੁਣ ਮੈਂ ਕੌਫੀ ਪੀਤੀ ਹੈ, ਕੋਲਡ ਕੌਫੀ, ਅਤੇ ਕਰਮ ਆਪਣਾ ਕ੍ਰਿਕਟ ਖੇਡਣ ਚਲੇ ਗਿਆ, ਅਤੇ ਹੁਣ ਮੈਂ ਬਣਾਉਣੇ ਦਹੀਂ ਭੱਲੇ। ਉਹਦੇ ਲਈ ਮੈਂ ਦਾਲ ਰਾਤ ਨੂੰ ਹੀ ਭਿਉਂ ਕੇ ਰੱਖਤੀ ਸੀ, ਸੋ ਦਹੀਂ ਭੱਲੇ ਵੀ ਬਣਾ ਲੈਂਦੀ ਹਾਂ, ਨਾਲ ਨਾਲ ਮੈਂ ਤੁਹਾਨੂੰ ਵੀ ਦਿਖਾ ਦਿੰਦੀ ਹਾਂ। ਅਤੇ ਹਾਂ, ਮੈਂ ਆਪਣੇ ਮੰਮਾ ਨੂੰ ਦਿਖਾਉਣੀ ਆ ਰੈਸਿਪੀ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਦੱਸੀ ਦਹੀਂ ਭੱਲੇ ਕਿੱਦਾਂ ਬਣਾਉਂਦੇ ਆ, ਸੋ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੈਂ ਵਲੌਗ ਦੇ ਵਿੱਚ ਪਾ ਦੂੰਗੀ, ਤੁਸੀਂ ਉੱਥੋਂ ਦੇਖ ਲਈਓ ਦਹੀਂ ਭੱਲੇ ਕਿੱਦਾਂ ਬਣਦੇ ਆ। ਸੋ ਬਾਕੀ ਵੀ ਜਿਨ੍ਹਾਂ ਜਿਨ੍ਹਾਂ ਨੇ ਬਣਾਉਣਾ ਟਰਾਈ ਕਰ ਸਕਦੇ ਆ। ਸੋ ਮੈਂ ਆਹ ਦਾਲ ਓਵਰ ਨਾਈਟ ਭਿਉਂ ਕੇ ਰੱਖੀ ਆ, ਠੀਕ ਆ, ਅਤੇ ਆਹ ਵਾਲੀ ਦਾਲ ਆ ਉੜਦ ਦਾਲ, ਉੜਦ ਮੈਨੂੰ ਨਹੀਂ ਪ੍ਰੋਨੰਸੀਏਸ਼ਨ ਨਹੀਂ ਆ ਰਹੀ ਕਰਨੀ। ਸੋ ਆਹ ਵਾਲੀ ਦਾਲ ਆ ਜਿਵੇਂ ਵੀ ਆਪਾਂ ਦਹੀਂ ਭੱਲੇ ਬਣਾਉਣੇ, ਮਤਲਬ ਭੱਲੇ ਬਣਾਉਣੇ ਆ, ਦਹੀਂ ਤਾਂ ਤੁਹਾਨੂੰ ਪਤਾ ਹੀ ਆ ਕਿ ਕਾਹਦਾ ਬਣਦਾ ਵਾ। ਸੋ ਮੈਂ ਇਹਨੂੰ ਹੁਣ ਦੁਬਾਰਾ 1 ਵਾਰੀ ਪਾਣੀ ਦੇ ਨਾਲ ਕਲੀਨ ਕਰਕੇ ਗ੍ਰਾਇੰਡ ਕਰ ਲੂੰਗੀ। ਇਹਨੂੰ ਥੋੜ੍ਹਾ ਥੋੜ੍ਹਾ ਕਰਕੇ ਕਰੂੰਗੀ ਕਿਉਂਕਿ ਦਾਲ ਜ਼ਿਆਦਾ ਵਾ, ਠੀਕ ਆ। ਮੈਂ ਇਹਦੇ 'ਚ ਥੋੜ੍ਹਾ ਜਿਹਾ ਪਾਣੀ ਪਾ ਦਿੰਦੀ ਹਾਂ ਕਿਉਂਕਿ ਗ੍ਰਾਇੰਡ ਕਰਨ 'ਚ ਥੋੜ੍ਹੀ ਜਿਹੀ ਦਿੱਕਤ ਆ ਰਹੀ ਹੈ, ਸੋ ਮੈਂ ਹਲਕਾ ਜਿਹਾ ਪਾਣੀ ਪਾ ਲਏ 'ਚ, ਠੀਕ ਆ। ਸੋ ਲੈਟਸ ਗ੍ਰਾਇੰਡ ਇਟ ਅਗੇਨ, ਪਹਿਲਾਂ ਮੈਨੂੰ ਰੱਖੂੰਗੀ। ਸੋ ਬੈਟਰ ਹੋ ਗਿਆ ਗ੍ਰਾਇੰਡ, ਮੈਂ ਇਹਨੂੰ ਇਹਦੇ 'ਚ ਗਲਾਸ ਦੇ ਬਾਉਲ 'ਚ ਕੱਢਣ ਲੱਗੇ, ਤੁਸੀਂ ਜਿਸ 'ਚ ਮਰਜ਼ੀ ਕੱਢ ਲਿਓ, ਸਭ ਤੋਂ ਹੀ ਆ, ਠੀਕ ਆ। ਓਹੋ ਬਹੁਤ ਸੋਹਣਾ ਗ੍ਰਾਇੰਡ ਹੋਇਆ, ਮਤਲਬ ਨਾ ਜ਼ਿਆਦਾ ਥਿੱਕ ਰੱਖਣਾ ਅਤੇ ਨਾ ਜ਼ਿਆਦਾ ਥਿਨ ਰੱਖਣਾ, ਥਿੱਕ ਐਂਡ ਥਿਨ ਲਾਈਕ ਪਾਣੀ, ਨਾ ਜ਼ਿਆਦਾ ਪਾਣੀ ਵਾਂਗੂ ਰੱਖਣਾ ਅਤੇ ਨਾ ਜ਼ਿਆਦਾ ਖੁਦਰਾ ਜਿਹਾ ਰੱਖਣਾ। ਸੋ ਮੈਨੂੰ ਕੱਢ ਲਾ 2 ਮਿੰਟ, ਓਕੇ। ਸੋ ਇੱਦਾਂ ਦਾ ਬੈਟਰ ਬਣ ਗਿਆ, ਠੀਕ ਹੈ। ਹਾਂ ਦੇਖੋ, ਨਾ ਜ਼ਿਆਦਾ ਥਿੱਕ ਅਤੇ ਨਾ ਜ਼ਿਆਦਾ ਥਿਨ, ਠੀਕ ਹੈ। ਸੋ ਹੁਣ ਆਪਾਂ ਇਹਦੇ ਵਿੱਚ ਪਾਉਣਾ ਵਾ ਬੇਕਿੰਗ ਪਾਊਡਰ ਪਾ ਸਕਦੇ ਹਾਂ, ਜਾਂ ਤੁਸੀਂ ਬੇਕਿੰਗ ਸੋਡਾ ਪਾ ਸਕਦੇ ਹਾਂ, ਠੀਕ ਆ। ਸੋ ਰਾਈਟ ਨਾਓ ਮੇਰੇ ਕੋਲ ਬੇਕਿੰਗ ਸੋਡਾ ਤਾਂ ਅਵੇਲੇਬਲ ਨਹੀਂ ਹੈਗਾ, ਸੋ ਮੈਂ ਬੇਕਿੰਗ ਪਾਊਡਰ ਪਾਊਂਗੀ, ਮੈਂ ਆਪਣੀ ਉੱਥੋਂ ਚੁੱਕੂੰਗੀ। ਓਕੇ ਸੋਰੀ, ਮੇਰੇ ਕੋਲ ਬੇਕਿੰਗ ਸੋਡਾ ਅਵੇਲੇਬਲ ਨਹੀਂ ਹੈ, ਸੋ ਮੈਂ ਬੇਕਿੰਗ ਪਾਊਡਰ ਪਾਊਂਗੀ ਇਹਦੇ ਵਿੱਚ ਥੋੜ੍ਹਾ ਜਿਹਾ, ਅਤੇ ਨਾਲ ਦੀ ਨਾਲ ਇਹ ਲਾਈਕ ਮੇਰੀ ਚੀਜ਼ ਆ, ਤੁਸੀਂ ਸਾਰਿਆਂ ਨੇ ਪਾਉਣੀ ਆ, ਤੁਸੀਂ ਪਾ ਸਕਦੇ ਹਾਂ, ਨਹੀਂ ਪਾਉਣੀ ਨਾ ਪਾਈਓ। ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਇਨੋ ਵੀ ਪਾਊਂਗੀ, ਠੀਕ ਹੈ, ਹਲਕਾ ਜਿਹਾ ਇਨੋ ਵੀ ਪਾਊਂਗੀ, ਅਤੇ ਲੈਟਸ ਲਾਈਟ ਲੈਣਾ ਪਊਗੀ ਜੀ। ਸੋ ਆਪਾਂ ਹਲਕਾ ਜਿਹਾ ਪਹਿਲਾਂ ਬੇਕਿੰਗ ਪਾਊਡਰ ਪਾਉਣੇ ਇਹਦੇ 'ਚ,
ਠੀਕ ਹੈ, ਬਿਲਕੁਲ ਪਿੰਚ ਜਿਹਾ ਪਾਉਣਾ, ਜ਼ਿਆਦਾ ਨਹੀਂ ਪਾਉਣਾ, ਠੀਕ ਹੈ, ਕਿਉਂਕਿ ਇਹਦੇ ਵਿੱਚ ਮੈਂ ਈਨੋ ਨੂੰ ਪਾਉਣਾ ਆਲਰੇਡੀ ਸੋਡੇ ਦੇ ਤੌਰ 'ਤੇ, ਮੈਂ ਜ਼ਿਆਦਾ ਪਾਤਾ ਹੁਣ, ਠੀਕ ਹੈ, ਸੁਮਿੰਦ ਦੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਥੋੜ੍ਹਾ ਜਿਹਾ ਪਾਤਾ, ਤੁਸੀਂ ਆਪਣੇ ਹਿਸਾਬ ਨਾਲ ਬੈਟਰ ਦੇ ਹਿਸਾਬ ਨਾਲ ਪਾ ਲਈਓ, ਠੀਕ ਹੈ, ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਈਨੋ ਵੀ ਪਾਉਣਾ, ਠੀਕ ਹੈ, ਈਨੋ ਵੀ ਥੋੜ੍ਹਾ ਜਿਹਾ ਪਿੰਚ, ਠੀਕ ਹੈ, ਬੈਟਰ ਦੇ ਹਿਸਾਬ ਨਾਲ ਪਾਈਓ ਆਪਣਾ, ਜਿੰਨਾ ਕੁ ਤੁਹਾਨੂੰ ਸਹੀ ਲੱਗੇ, ਠੀਕ ਆ। ਸੋ ਹੁਣ ਇਹਦੇ ਵਿੱਚ ਨਮਕ ਵੀ ਓਬਵੀਅਸਲੀ ਪੈਣਾ ਹੀ ਪੈਣਾ ਵਾ, ਆਪਾਂ ਸੋਲਟ ਲੈ ਲੈਂਦੇ ਹਾਂ, ਸੋਲਟ ਵੀ ਆਪਾਂ ਥੋੜ੍ਹਾ ਜਿਹਾ ਆਪਣੇ ਟੇਸਟ ਦੇ ਮੁਤਾਬਿਕ, ਠੀਕ ਹੈ, ਜਿੰਨਾ ਬੈਟਰ ਉਸ ਹਿਸਾਬ ਨਾਲ ਪਾ ਲਾਈਓ ਆਪਣਾ, ਠੀਕ ਹੈ, ਅਤੇ ਮੈਂ ਇਹਦੇ ਵਿੱਚ ਹਲਕਾ ਜਿਹਾ ਅਜਵੈਨ ਜ਼ਰੂਰ ਪਾਊਂਗੀ ਟੇਸਟ ਦੇ ਲਈ, ਸੋ ਅਜਵੈਨ ਆਪਣੇ ਇੱਥੇ ਪਈ ਆ। ਸਭ ਤੋਂ ਜ਼ਿਆਦਾ ਮੇਰਾ ਫਾਇਦਾ ਇੱਥੇ ਇੱਦਾਂ ਸਮਾਨ ਰੱਖਣ ਦਾ ਹੋਇਆ ਕਿ ਬਾਹਰ ਪਈਆਂ ਚੀਜ਼ਾਂ ਇੱਕ ਤਾਂ ਯੂਜ਼ 'ਚ ਆ ਰਹੀਆਂ, ਠੀਕ ਹੈ, ਐਂਡ ਸੈਕਿੰਡ ਜ਼ਿਆਦਾ ਮਿਹਨਤ ਮੁਸ਼ਕਤ ਨਹੀਂ ਹੁੰਦੀ ਇਹਨੂੰ ਲੱਭਣ ਦੇ ਲਈ, ਠੀਕ ਆ, ਸੋ ਇਹਦੇ ਵਿੱਚ ਹਲਕੀ ਜਿਹੀ ਅਜਵੈਨ ਪਾਉਂਗੇ ਆਪਾਂ, ਇਹਦੇ ਵਿੱਚ ਆਪਾਂ ਹਲਕੀ ਜਿਹੀ ਅਜਵੈਨ, ਬਿਲਕੁਲ ਚੁਟਕੀ, ਕਿਉਂਕਿ ਮੈਨੂੰ ਜ਼ਿਆਦਾ ਪਸੰਦ ਨਹੀਂ ਹੈ, ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ, ਚਲੋ ਕੁਛ ਵੀ ਪਾ ਸਕਦੇ ਹਾਂ ਬੈਟਰ ਦੇ ਵਿੱਚ, ਇੱਕ ਹਿਸਾਬ ਨਾਲ ਜਿਵੇਂ ਆਪਾਂ ਪਕੌੜੇ ਤਲਦੇ ਹਾਂ ਉੱਦਾਂ ਹੀ ਆਪਾਂ ਇਹਨਾਂ ਨੂੰ ਇਹਦੇ ਬੈਟਰ ਨੂੰ ਤਲਣਾ, ਸੋ ਆਪਣੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਜੋ ਤੁਹਾਡਾ ਮਨ ਕਰਦਾ ਉਹ ਪਾ ਲਓ, ਬਟ ਇਹਦਾ ਸਿਰਫ ਬੈਟਰ ਦੀ ਇੱਕ ਟੈਕਨੀਕ ਆ, ਠੀਕ ਹੈ, ਜੋ ਤੁਸੀਂ ਮਿਸ ਨਹੀਂ ਕਰਨੀ, ਹੁਣ ਸਾਰਾ ਕੁਛ ਪਾ ਲਿਆ ਇੱਕ ਵਾਰ, ਹੁਣ ਆਪਾਂ ਇਹਨੂੰ ਲਾਈਕ ਮਿਕਸ ਕਰਨਾ, ਠੀਕ ਆ, ਮਿਕਸ ਆਪਾਂ ਕਰਨਾ ਇਹਨੂੰ ਇੱਕੋ ਸਾਈਡ 'ਤੇ ਘੁਮਾਉਣਾ, ਜੇ ਆਪਾਂ ਦੂਜੀ ਸਾਈਡ 'ਤੇ ਜਾਂ ਇੱਦਾਂ ਇੱਦਾਂ ਕਰਨ ਲੱਗ ਜਾਂਗੇ ਤਾਂ ਇਹਦੇ ਵਿੱਚ ਮਤਲਬ ਬੈਟਰ ਮੈਨੂੰ ਲੱਗਦਾ ਸਹੀ ਨਹੀਂ ਬਣੂਗਾ, ਹੈ ਨਾ, ਹਵਾ ਵੀ ਭਰ ਜੂਗੀ, ਸੋ ਤੁਸੀਂ ਇਹਨੂੰ ਇੱਕ ਸਾਈਡ 'ਤੇ ਹੀ ਮਿਕਸ ਕਰਨਾ, ਮਿਕਸ, ਠੀਕ ਆ, ਤੁਸੀਂ ਇੱਦਾਂ ਨਹੀਂ ਕਰਨਾ ਕਿ ਇਹਨੂੰ ਐਂ ਵੀ ਕਰ ਦਿਉ ਫਿਰ ਐਂ ਵੀ ਕਰ ਦਿਉ, ਜੋ ਕਿ ਯੂਜਲੀ ਆਪਾਂ ਕਰ ਲੈਂਦੇ ਹੁੰਦੇ ਹਾਂ, ਸੋ ਤੁਸੀਂ ਇਹਨੂੰ ਇੱਕੋ ਸਾਈਡ 'ਤੇ ਹੀ ਮਿਕਸ ਕਰਨਾ, ਠੀਕ ਆ, ਅਤੇ ਮਿਕਸ ਆਲਮੋਸਟ ਤੁਸੀਂ 8 ਤੋਂ 9 ਮਿੰਟ ਕਰ ਲਓ, ਕਿ ਤਾਂ ਕਿ ਇਹਦੇ ਵਿੱਚ ਜਿਹੜੀ ਏਅਰ ਵਗੈਰਾ ਹੈਗੀ ਆ ਸਾਰੀ ਨਿਕਲ ਜਾਵੇ, ਅਤੇ ਆਪਣਾ ਸਾਰਾ ਬੈਟਰ ਜਿੰਨਾ ਵੀ ਆਪਾਂ ਸਮਾਨ ਪਾਇਆ ਉਹ ਸਾਰਾ ਮਿਕਸ ਹੋ ਜਾਵੇ, ਠੀਕ ਹੈ, ਸੋ ਮੈਂ ਟਾਈਮ ਅੰਦਾਜ਼ੇ ਦੇ ਹਿਸਾਬ ਨਾਲ 10 ਕੁ ਮਿੰਟ ਇਹਨੂੰ ਮਿਕਸ ਕਰ ਲੈਂਦੀ ਹੁੰਦੀ ਹਾਂ, ਸੋ ਮੈਨੂੰ ਮਿਕਸ ਕਰਦੀ ਹਾਂ ਅਤੇ ਫਿਰ ਆਪਾਂ ਤੁਹਾਨੂੰ ਅਗਲਾ ਪ੍ਰੋਸੈਸ ਦਿਖਾਉਂਦੇ ਹਾਂ ਅੱਗੇ ਕੀ ਕਰਨਾ। ਇੱਕ ਸਾਈਡ 'ਤੇ ਆਪਾਂ ਇਹਨੂੰ ਮਿਕਸ ਕਰਦੇ ਹਾਂ ਅਤੇ ਇੱਕ ਸਾਈਡ 'ਤੇ ਮੈਂ ਤੇਲ ਚੜ੍ਹਾਤਾ ਵਾ ਕੜਾਹੀ 'ਚ, ਠੀਕ ਹੈ, ਮੈਂ ਇਹਨੂੰ ਵੈਜੀਟੇਬਲ ਓਇਲ ਦੇ ਵਿੱਚ ਯੂਜ਼ ਕਰ ਰਹੀ ਹਾਂ, ਤੁਸੀਂ ਇਹਨੂੰ ਕਿਸੇ 'ਚ ਵੀ ਤਲ ਸਕਦੇ, ਕਈ ਦੇਸੀ ਘੀ ਇਹਦੇ ਵਿੱਚ ਵੀ ਤਲ ਲੈਂਦੇ ਆ, ਕਈ ਲਾਈਕ ਸਰੋਂ ਦੇ ਤੇਲ 'ਚ ਵੀ ਤਲ ਲੈਂਦੇ ਆ, ਮੈਨੂੰ ਇਹਦੇ ਵਾਲਾ ਟੇਸਟ ਜ਼ਿਆਦਾ ਵਧੀਆ ਲੱਗਦਾ, ਇਸ ਲਈ ਮੈਂ ਵੈਜੀਟੇਬਲ ਓਇਲ ਦੇ ਵਿੱਚ ਤਲ ਰਹੀ ਹਾਂ। ਅਤੇ ਮੈਂ ਆਲਰੇਡੀ 3 ਦਿਨ ਪਹਿਲਾਂ ਬਣਾਏ ਸੀ ਦਹੀਂ ਭੱਲੇ, ਠੀਕ ਹੈ, ਇਹ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਸੀਗਾ ਕਿ ਮੇਰੇ ਮੰਮਾ ਨੇ ਰੈਸਿਪੀ ਚਾਹੀਦੀ ਸੀ ਕਿ ਕਿੱਦਾਂ ਬਣਾਉਣੇ ਆ, ਕਿਉਂਕਿ ਉਹਨਾਂ ਨੇ ਵੀ ਪਾਪਾ ਨੂੰ ਬਣਾ ਕੇ ਖਵਾਉਣੇ ਸੀ, ਅਤੇ ਫਿਰ ਮੈਂ ਕਿਹਾ ਚਲੋ ਮੈਂ ਵੀਡੀਓ ਪਾ ਦੂੰਗੀ, ਇਸ ਲਈ ਮੈਂ ਆਹੀ ਵਾਲੇ ਤੇਲ ਨੂੰ ਗਰਮ ਕਰ ਰਹੀ ਹਾਂ, ਐਂਡ ਇਹਦੇ ਵਿੱਚ ਮੈਂ ਹੋਰ ਰਿਫਾਇੰਡ ਪਾ ਰਹੀ ਹਾਂ, ਠੀਕ ਹੈ, ਤੁਸੀਂ ਆਪਣੇ ਹਿਸਾਬ ਨਾਲ ਆਪਣੀ ਕੁਆਂਟਿਟੀ ਦੇ ਹਿਸਾਬ ਨਾਲ ਪਾਈਓ, ਠੀਕ ਹੈ, ਮੇਰੇ ਕੋਲ ਵੱਡਾ ਸੀ ਕੀ ਕਹਿੰਦੇ ਆ ਵੱਡੀ ਫਰਾਈ ਪੈਨ ਆ ਗਏ, ਤਾਂ ਮੈਨੂੰ ਇੰਨਾ ਜ਼ਿਆਦਾ ਤੇਲ ਯੂਜ਼ ਕਰਨ ਦੀ ਲੋੜ ਪੈ ਰਹੀ ਹੈ, ਤੁਸੀਂ ਆਪਣੇ ਛੋਟੇ ਭਾਂਡੇ ਦੇ ਵਿੱਚ ਘੱਟ ਤੇਲ ਦੇ ਵਿੱਚ ਵੀ ਤਲ ਸਕਦੇ ਹੋ ਇਹਨੂੰ, ਠੀਕ ਹੈ, ਇੱਕ ਸਾਈਡ 'ਤੇ ਆ ਗਰਮ ਹੁੰਦਾ ਤਾਂ ਤੁਸੀਂ ਆਪਣਾ ਦੁਬਾਰਾ ਇਹਨੂੰ ਮਿਕਸ ਕਰ ਸਕਦੇ ਹੋ, ਤਾਂ ਕਿ ਆਪਣਾ ਟਾਈਮ ਬਚੇ ਇੱਧਰ ਦਾ ਵੀ ਅਤੇ ਇੱਧਰ ਦਾ ਵੀ, ਠੀਕ ਹੈ, ਮਿਕਸ ਮਿਕਸ ਮਿਕਸ, ਮੈਂ ਇਹਨੂੰ ਉਹ ਸਾਈਡ 'ਤੇ ਹੀ ਮਿਕਸ ਕੀਤਾ, ਮੈਂ ਬਿਲਕੁਲ ਵੀ ਦੂਜੇ ਪਾਸੇ ਨਹੀਂ ਕੀਤਾ ਇਹਨੂੰ,
ਦੇਖੋ ਕੰਸਿਸਟੈਂਸੀ ਦੇਖੋ ਇਹਦੀ। ਹਲਕੇ ਹਲਕੇ ਜਦੋਂ ਗੋਲਡਨ ਬਰਾਊਨ ਹੋ ਗਏ ਤਾਂ ਇਹਨੂੰ ਆਪਾਂ ਕੱਢ ਲੈਂਦੇ ਹਾਂ। ਠੀਕ ਹੈ, ਮੈਨੂੰ ਆਈ ਇੱਦਾਂ ਹੀ ਵਧੀਆ ਲੱਗਦਾ, ਤੁਸੀਂ ਜ਼ਿਆਦਾ ਰਾੜੋਗੇ ਤਾਂ ਉਹ ਇੰਨਾ ਟੇਸਟ ਨਹੀਂ ਆਉਂਦਾ, ਬਾਕੀ ਤੁਸੀਂ ਦੇਖਣਾ ਦੇਖ ਲਿਓ ਟਰਾਈ ਕਰਕੇ। ਬਟ ਇੰਨਾ ਕਦੀ ਰੱਖਿਓ, ਆ ਦੇਖੋ ਕਿੰਨੇ ਸੋਹਣੇ ਸੋਹਣੇ ਫੁੱਲ ਗਿਆ। ਠੀਕ ਹੈ, ਇਹਨਾਂ ਨੂੰ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ 2 ਤੋਂ 3 ਦਿਨ। ਜ਼ਿਆਦਾ ਦੇਰ ਤੱਕ ਰੱਖੋਗੇ ਉਹ ਸਵਾਦ ਜਿਹਾ ਚਲਾ ਜਾਂਦਾ, ਬਟ 2 ਤੋਂ 3 ਦਿਨ ਤੱਕ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ। ਠੀਕ ਹੈ, ਹੁਣ ਜਿੰਨਾ ਬੱਚਿਆਂ ਮੈਂ ਇਹਦਾ ਵੀ ਕੱਢ ਲਾਂ ਪੂਰੇ, ਫਿਰ ਮੈਂ ਤੁਹਾਨੂੰ ਗਾਰਨਿਸ਼ਿੰਗ ਕਰਨੀ, ਦਹੀਂ ਮਤਲਬ ਦਹੀਂ ਬਣਾਉਣਾ ਦੱਸਦੀ ਹਾਂ ਕਿੱਦਾਂ ਤੁਸੀਂ ਪਲੈਟਰ ਸਜਾ ਸਕਦੇ ਹੋ ਆਪਣੀ। ਆਪਣੇ ਪੱਲੇ ਹੋ ਗਿਆ ਰੈਡੀ। ਠੀਕ ਹੈ, ਸੋ ਮੈਂ ਇਹਨੂੰ ਇਹਦੇ ਵਿੱਚ ਟਿਸ਼ੂ ਦੇ ਵਿੱਚ ਰੱਖਿਆ ਉੱਤੇ, ਤਾਂ ਕਿ ਇਹਦਾ ਜਿਹੜਾ ਐਕਸੈਸ ਓਇਲ ਆ ਜਿਹੜਾ ਉਹ ਨਿਕਲ ਜੇ। ਠੀਕ ਹੈ, ਦੈਨ ਆਪਾਂ ਹੁਣ ਦਹੀਂ ਬਣਾਉਂਦੇ ਹਾਂ, ਅਤੇ ਇਹਨਾਂ ਮੈਂ ਦੱਸਦੀ ਹਾਂ ਕਿ ਦਹੀਂ ਭੱਲੇ ਕਿੱਦਾਂ ਬਣੂਗੇ। ਇਹ ਭੱਲੇ ਬਣ ਗਏ, ਹੁਣ ਆਪਾਂ ਦਹੀਂ ਬਣਾਉਂਦੇ ਹਾਂ, ਅਤੇ ਫਿਰ ਮੈਂ ਤੁਹਾਨੂੰ ਪਲੇਟ ਵੀ ਦੱਸਦੀ ਹਾਂ ਕਿੱਦਾਂ ਬਣਾਈਏ। ਓਕੇ, ਲਾਈਕ ਮੈਂ ਦਹੀਂ ਥੋੜ੍ਹਾ ਜਿਹਾ ਹੀ ਲਿਆ ਵਾ, ਬਟ ਤੁਸੀਂ ਉਨਾ ਲਈਓ ਜਿੰਨਾ ਤੁਸੀਂ ਬਣਾਉਣਾ ਵਾ। ਮੈਂ ਜਸਟ ਤੁਹਾਨੂੰ ਦਿਖਾਉਣ ਦੇ ਲਈ, ਮਤਲਬ ਵੀਡੀਓ ਦੇ ਲਈ ਬਣਾ ਰਹੀ ਹਾਂ ਇੰਨਾ ਕੁ, ਕਿਉਂਕਿ ਰਾਈਟ ਨਾਓ ਕਿਸੇ ਨੇ ਨਹੀਂ ਖਾਣਾ, ਅਤੇ ਐਵੇਂ ਮੈਂ ਵੇਸਟ ਨਹੀਂ ਕਰਨਾ ਚਾਹੁੰਦੀ ਕੁਛ ਵੀ। ਠੀਕ ਹੈ, ਦਹੀਂ ਦੇ ਵਿੱਚ ਤੁਸੀਂ ਥੋੜ੍ਹੀ ਜਿਹੀ ਚੀਨੀ ਪਾ ਲਓ, ਆਪਣੇ ਜਿੰਨਾ ਤੁਸੀਂ ਲਓਗੇ ਉਸ ਹਿਸਾਬ ਨਾਲ। ਇਹਨੂੰ ਆਪਾਂ ਮਿਕਸ ਕਰ ਲੈਂਦੇ ਹਾਂ। ਜਿਵੇਂ ਦੀ ਟੋਪਿੰਗ ਲਾਈਕ ਗਾਰਨਿਸ਼ਿੰਗ ਤੁਸੀਂ ਕਿਸੇ ਵੀ ਚੀਜ਼ ਨਾਲ ਕਰ ਸਕਦੇ ਹਾਂ, ਜਿਵੇਂ ਮੈਂ ਅਨਾਰ ਪਾਉਂਦੀ ਹੁੰਦੀ ਹਾਂ ਅਤੇ ਆਲੂ ਭੁਜੀਆ ਪਾਉਂਦੀ ਹੁੰਦੀ ਹਾਂ। ਸੋ ਮੈਂ ਥੋੜ੍ਹਾ ਜਿਹਾ ਅਨਾਰ ਪਿਆ ਸੀ, ਮੈਂ ਕੱਢ ਲਾਂ ਇਹਨੂੰ ਵੀ। ਠੀਕ ਆ, ਅਤੇ ਜਦੋਂ ਕਰਮ ਆਉਣਗੇ ਉਦੋਂ ਫਿਰ ਬਣਾ ਕੇ ਉਹਨਾਂ ਨੂੰ ਖਵਾ ਦੂੰਗੀ। ਆਪਣੀ ਮੈਂ ਪਲੇਟ ਹੁਣ ਬਣਾ ਲੈਂਦੀ ਹਾਂ।
ਸੋ ਗਾਰਨਿਸ਼ਿੰਗ ਦੀ ਤਿਆਰੀ ਕਰ ਰਹੀ ਇੱਧਰ ਮੈਂ ਸਾਰੀ ਪ੍ਰਿਪਰੇਸ਼ਨ ਕਰਕੇ ਰੱਖ ਲਈ ਹੈ ਮੀਨ ਸਾਰਾ ਕੁਛ ਕੱਢ ਕੇ ਰੱਖ ਲਿਆ ਪਲੇਟਿੰਗ ਦੇ ਲਈ ਠੀਕ ਆ ਅਤੇ ਇੱਧਰ ਆਪਣੇ ਭੱਲੇ ਬਣ ਗਿਆ ਹੁਣ ਜਿਵੇਂ ਹੁਣ ਭੱਲੇ ਦਹੀਂ ਭੱਲੇ ਖਾਣ ਦਾ ਮਨ ਹੈ ਰਾਈਟ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਹਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਤਿੰਨ ਤੋਂ ਚਾਰ ਦਿਨਾਂ ਲਈ ਠੀਕ ਆ ਅਤੇ ਉਹ ਸਟੋਰ ਕਰਨ ਲਈ ਮਤਲਬ ਸਟੋਰ ਤੁਸੀਂ ਇੱਦਾਂ ਹੀ ਕਰਨੇ ਆ ਬਟ ਜਦੋਂ ਬਣਾਉਣਾ ਤਾਂ ਠੰਡਾ ਪਾਣੀ ਲੈ ਲੈਣਾ ਬਾਊਲ ਦੇ ਵਿੱਚ ਅਤੇ ਜਿੰਨੇ ਤੁਸੀਂ ਪੀਸ ਖਾਣੇ ਆ ਉਹਨੂੰ ਪਾਣੀ ਦੇ ਵਿੱਚ ਡਿਪ ਕਰ ਦੇਣਾ ਠੀਕ ਹੈ ਹੁਣ ਰਾਈਟ ਨਾਓ ਜਿਵੇਂ ਮੈਂ ਚਾਰ ਹੀ ਖਾਣੇ ਆ ਕਿਉਂਕਿ ਮੈਂ ਬਾਕੀ ਜਦੋਂ ਕਰਮ ਆਊਗਾ ਉਦੋਂ ਆਪਾਂ ਬਣਾਉਂਗੇ ਜਦੋਂ ਕਰਮ ਨੇ ਖਾਣਾ ਹੋਊਗਾ ਤਾਂ ਮੈਂ ਇਹਨੂੰ ਢੱਕ ਕੇ ਰੱਖ ਦਿੰਦੀ ਹਾਂ ਆਪਾਂ ਏਅਰ ਟਾਈਟ ਕੰਟੇਨਰ ਦੇ ਵਿੱਚ ਇਹਨੂੰ ਸਟੋਰ ਕਰਕੇ ਰੱਖਣਾ ਏਅਰ ਟਾਈਟ ਠੀਕ ਹੈ ਤਾਂ ਕਿ ਇਹ ਖਰਾਬ ਨਾ ਹੋਵੇ ਜਿੱਦਾਂ ਦੇ ਹੈਗੇ ਉੱਦਾਂ ਦੇ ਹੀ ਰਹਿਣ ਹੁਣ ਕਰਮ ਨੇ ਘੰਟੇ ਤੱਕ ਆ ਜਾਣਾ ਘੰਟੇ ਡੇਢ ਘੰਟੇ ਤੱਕ ਤਾਂ ਫਿਰ ਮੈਂ ਇਹਨੂੰ ਇੱਦਾਂ ਰੱਖ ਰਹੀ ਹਾਂ ਸੋਫਾ ਢੱਕ ਕੇ ਅਤੇ ਜੇ ਕਰਮ ਨੇ ਨਾ ਖਾਣੇ ਹੋਏ ਤਾਂ ਫਿਰ ਮੈਂ ਇਹਨੂੰ ਏਅਰ ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਲਉਂਗੀ ਤਾਂ ਕਿ ਅਸੀਂ ਕੱਲ੍ਹ ਵੀ ਖਾ ਸਕੀਏ ਠੀਕ ਹੈ ਸੋ ਮੈਨੂੰ ਇੱਦਾਂ ਲੇਅਰਿੰਗ ਕਰਕੇ ਅੱਟਾ ਕਰਕੇ ਰੱਖਤਾ ਅਤੇ ਹੁਣੀ ਮੈਂ ਜਿਹੜੇ ਪਲੇਟਿੰਗ ਕਰਨੀ ਆ ਜਾਂ ਮੈਂ ਜਿਹੜਾ ਹੁਣੀ ਖਾਣਾ ਸੋ ਮੈਂ ਉਹਦੇ ਲਈ ਚਾਰ ਹੀ ਕੀਤੇ ਆ ਠੀਕ ਆ ਆਪਾਂ ਇਹਨੂੰ 5 ਤੋਂ 10 ਮਿੰਟ ਦੇ ਲਈ ਰੱਖਣਾ ਵਾ ਸੋ ਮੈਂ ਜ਼ਿਆਦਾ ਟਾਈਮ ਨਹੀਂ ਰੱਖਦੀ ਮੈਂ ਹਾਰਡਲੀ 5 ਕੁ ਮਿੰਟ ਦੇ ਲਈ ਰੱਖਦੀ ਹੁੰਦੀ ਹਾਂ ਇਹਨੂੰ ਠੀਕ ਹੈ ਓਕੇ ਹੁਣ ਮੈਨੂੰ ਇਹਨੂੰ ਰੱਖੇ ਨੂੰ 5 ਮਿੰਟ ਹੋ ਗਏ ਆ ਸੋ 5 ਤੋਂ 7 ਮਿੰਟ ਵੀ ਰੱਖ ਸਕਦੇ ਹਾਂ ਜ਼ਿਆਦਾ ਪੋਲੇ ਕਰਨ ਦੇ ਲਈ ਇਹਨੂੰ 10 ਮਿੰਟ ਵੀ ਰੱਖ ਸਕਦੇ ਹਾਂ ਇਹ ਜ਼ਿਆਦਾ ਪੋਲੇ ਹੋ ਜਾਂਦੇ ਆ ਪਾਣੀ ਦੇ ਵਿੱਚ ਰੱਖਣਾ ਠੰਡੇ ਪਾਣੀ ਦੇ ਵਿੱਚ ਰੱਖਣਾ ਠੀਕ ਹੈ ਸੋ ਮੈਨੂੰ ਕਰਕੇ ਦੇਖ ਲੈਂਦੀ ਹਾਂ ਆਪਾਂ ਇਹਨੂੰ ਪੂਰਾ ਐਂ ਨਿਚੋੜ ਦੇਣਾ ਠੀਕ ਹੈ ਜੇ ਤੁਸੀਂ ਇੱਦਾਂ ਹੀ ਖਾਣਾ ਵਾ ਤਾਂ ਇਹਨੂੰ ਹਲਕਾ ਜਿਹਾ ਵੀ ਨਿਚੋੜ ਸਕਦੇ ਆ ਪਰ ਮੈਨੂੰ ਵਧੀਆ ਲੱਗਦਾ ਬਿਲਕੁਲ ਇੱਦਾਂ ਕਰਕੇ ਸੋ ਮੈਨੂੰ ਇੱਦਾਂ ਕਰ ਦਿੰਦੀ ਹੁੰਦੀ ਅਤੇ ਆਪਾਂ ਚਾਰੋਂ ਉਹਨਾਂ ਕੱਢ ਲਿਆ ਪਾਣੀ ਕੱਢ ਲਿਆ ਚਾਰਾਂ 'ਚ ਠੀਕ ਹੈ ਅਤੇ ਇਹਨੂੰ ਆਪਾਂ ਹੁਣ ਪਲੇਟਿੰਗ ਕਰ ਦਿੰਦੇ ਹਾਂ ਠੀਕ ਹੈ ਇਹਦੇ ਵਿੱਚ ਮੈਂ ਜਿਹੜਾ ਦਹੀਂ ਬਣਾਇਆ ਸੀ ਮਿੱਠਾ ਦਹੀਂ ਆਪਾਂ ਇਹਨੂੰ ਮਿੱਠੇ ਦੇ ਨਾਲ ਇਹਨੂੰ ਕਵਰ ਅਪ ਕਰ ਦਿੰਦੇ ਹਾਂ ਸੋ ਇਹਦੇ ਵਿੱਚ ਤੁਸੀਂ ਕੋਈ ਵੀ ਸੌਸ ਪਾ ਸਕਦੇ ਆ ਮੇਰੇ ਕੋਲ ਕੀ ਕਹਿੰਦੇ ਇਮਲੀ ਦੀ ਚਟਨੀ ਪਈ ਆ ਅਤੇ ਮੇਰੇ ਕੋਲ ਚਿਲੀ ਗਾਰਲਿਕ ਵੀ ਪਏ ਆ ਮੈਨੂੰ ਆਹ ਵਾਲੀ ਇੰਨੀ ਜ਼ਿਆਦਾ ਪਸੰਦ ਨਹੀਂ ਸੋ ਮੈਂ ਸਿਰਫ ਆਹ ਵਾਲੀ ਚਟਨੀ ਪਾਉਂਗੀ ਵੈਸੇ ਵੀ ਮੈਨੂੰ ਚਟਨੀ ਪਸੰਦ ਨਹੀਂ ਹੈ ਤੁਸੀਂ ਇਹਨਾਂ 'ਤੇ ਕੋਈ ਵੀ ਚਟਨੀ ਪਾ ਸਕਦੇ ਆ ਜਿਵੇਂ ਕਈਆਂ ਨੂੰ ਮੈਗੀ ਸੌਸ ਵੀ ਪਾਣੀ ਪਸੰਦ ਆ ਹੁਣ ਮੈਨੂੰ ਇੰਨੀ ਕੀ ਆ ਹਾਈ ਪਸੰਦ ਆ ਸੋ ਮੈਂ ਆਹੀ ਪਾਉਂਦੀ ਹਾਂ ਠੀਕ ਆ ਇੱਕ ਮੈਨੂੰ ਮੈਗੀ ਵਾਲੀ ਪਸੰਦ ਸੀ ਉਹ ਸਾਡੀ ਕੱਲ੍ਹ ਖਤਮ ਹੋ ਗਈ ਰਾਤ ਨੂੰ ਸੋ ਮੈਂ ਨਹੀਂ ਪਾ ਰਹੀ ਅਤੇ ਦੈਨ ਆਪਾਂ ਹਲਕਾ ਜਿਹਾ ਇਹਦੇ ਵਿੱਚ ਪਾਵਾਂਗੇ ਨੂਨ ਠੀਕ ਹੈ ਟੇਸਟ ਦੇ ਅਨੁਸਾਰ ਹੀ ਪਾਉਣਾ ਦੈਨ ਆਪਾਂ ਪਾਵਾਂਗੇ ਹਲਕੀ ਜਿਹੀ ਲਾਲ ਮਿਰਚ ਉਹ ਵੀ ਟੇਸਟ ਦੇ ਹਿਸਾਬ ਨਾਲ ਜਿੱਦਾਂ ਦਾ ਤੁਹਾਨੂੰ ਟੇਸਟ ਹੈਗਾ ਉੱਦਾਂ ਦਾ ਠੀਕ ਹੈ ਦੈਨ ਆਏਗਾ ਚੰਗੀ ਚਾਟ ਮਸਾਲਾ ਸੋ ਆਪਾਂ ਇਹਨੂੰ ਥੋੜ੍ਹਾ ਜਿਹਾ ਪਾਉਂਗੇ ਠੀਕ ਹੈ ਟੇਸਟ ਦੇ ਹਿਸਾਬ ਨਾਲ ਦੈਨ ਆਪਾਂ ਥੋੜ੍ਹੇ ਜਿਹੇ ਅਨਾਰ ਪਾ ਦਿੰਦੇ ਹਾਂ ਕਈ ਇਹਦੇ ਵਿੱਚ ਪਾਪੜੀ ਪਾ ਕੇ ਕਰ ਲੈਂਦੇ ਆ ਠੀਕ ਆ ਅਤੇ ਇਹਦੇ ਵਿੱਚ ਹੁਣ ਆਲੂ ਭੁਜਿਆ ਹੈਗਾ ਆਪਾਂ ਉਹ ਪਾ ਦਿੰਦੇ ਹਾਂ ਠੀਕ ਆ ਸੀ ਦਹੀਂ ਭੱਲੇ ਐਟ ਹੋਮ ਸੁਣਨ ਲੱਗ ਰਿਹਾ ਨਾ ਹੁਣ ਆਪਾਂ ਮੈਂ ਟੇਸਟ ਕਰਕੇ ਦੱਸਦੀ ਹਾਂ ਤੁਹਾਨੂੰ ਕਿੱਦਾਂ ਦਾ ਬਣਿਆ ਵੈਸੇ ਮੈਨੂੰ ਪਤਾ ਟੇਸਟੀ ਬਣਦਾ ਕਿਉਂਕਿ ਇਹ ਮੇਰਾ ਤੀਜੀ ਚੌਥੀ ਵਾਰ ਹੋ ਗਿਆ ਜਿਹੜਾ ਮੈਂ ਬਣਾ ਰਹੀ ਹਾਂ ਸੋ ਮੈਂ ਤੁਹਾਨੂੰ ਇਹਦਾ ਟੇਸਟ ਕਰਕੇ ਦੱਸਦੀ ਹਾਂ ਪਹਿਲਾਂ ਸਫਾਈ ਵੀ ਕਰ ਲਾਂ ਚਲੋ ਸੋ ਹੁਣ ਆਪਾਂ ਇਹਨੂੰ ਟੇਸਟ ਕਰਦੇ ਹਾਂ ਇਟ ਲੁੱਕਸ ਸੋ ਯਮੀ ਆ ਤੁਸੀਂ ਕੋਈ ਵੀ ਸੌਸ ਪਾ ਸਕਦੇ ਇਹਦੇ 'ਚ ਠੀਕ ਹੈ ਮਤਲਬ ਟਰਸਟ ਮੀ ਬਹੁਤ ਸਵਾਦ ਬਣਦੇ ਆ ਬਹੁਤ ਜ਼ਿਆਦਾ
ਬਹੁਤ ਸਵਾਦ ਬਣੇ, ਬਹੁਤ ਜ਼ਿਆਦਾ। ਇੱਕ ਤਾਂ ਹਾਈਜੀਨ ਹੁੰਦਾ ਜਦੋਂ ਆਪਾਂ ਸਾਹਮਣੇ ਬਣਾਉਂਦੇ ਹਾਂ, ਠੀਕ ਆ, ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਕੀ ਪਾ ਰਹੇ ਹਾਂ ਇਹਦੇ ਵਿੱਚ। ਕਰਮ ਨੇ ਦੋ ਦਿਨ ਪਹਿਲਾਂ ਚਟਨੀ ਬਣਾਈ ਸੀ ਪੁਦੀਨੇ ਅਤੇ ਧਨੀਏ ਦੀ, ਉਹ ਵੀ ਬਹੁਤ ਸਵਾਦ ਲੱਗਣੀ ਸੀ ਇਫ ਮੈਂ ਇਹਦੇ ਵਿੱਚ ਪਾਉਂਦੀ, ਬਟ ਮੈਨੂੰ ਪਰਸਨਲੀ ਚਟਨੀ ਇੰਨੀਆਂ ਪਸੰਦ ਨਹੀਂ ਆ, ਸੋਸਿਸ ਵੀ ਨਹੀਂ ਪਸੰਦ, ਇਸ ਲਈ ਮੈਂ ਬਿਲਕੁਲ ਸਿੰਪਲ ਬਣਾਉਂਦੀ ਹੁੰਦੀ ਹਾਂ। ਬਟ ਜਦੋਂ ਕਰਮ ਵਾਲਾ ਬਣਾਉਂਦੀ ਹੁੰਦੀ ਹਾਂ, ਮਤਲਬ ਕਰਮ ਦੇ ਲਈ ਪਲੇਟ ਰੈਡੀ ਕਰਦੀ ਹੁੰਦੀ ਹਾਂ ਦਹੀਂ ਭੱਲੇ ਦੀ, ਤਾਂ ਉਹਨਾਂ ਨੂੰ ਸਾਰੀਆਂ ਚਟਨੀਆਂ ਬਹੁਤ ਪਸੰਦ ਆ, ਉਹ ਚਟਨੀਆਂ ਬਹੁਤ ਜ਼ਿਆਦਾ ਚਟਨੀ ਪਾਉਂਦੇ, ਮੀਨਸ ਉਹਨਾਂ ਨੇ ਸਪੈਸ਼ਲੀ ਪੁਦੀਨੇ ਅਤੇ ਧਨੀਏ ਦੀ ਚਟਨੀ ਬਣਾਈ ਸੀ ਕਿ ਲਾਈਕ ਉਹ ਤਾਂ ਅਸੀਂ ਰੈਪ ਬਣਾ ਰਹੇ ਸੀਗੇ, ਠੀਕ ਆ, ਅਤੇ ਰੈਪ ਦੇ ਵਿੱਚ ਵੀ ਉਹਨਾਂ ਨੂੰ ਪੁਦੀਨੇ ਅਤੇ ਧਨੀ ਦੀ ਚਟਨੀ ਪਸੰਦ ਹੈ, ਇਸ ਲਈ ਉਹਨਾਂ ਨੇ ਰਾਤ ਨੂੰ ਅਰਾਊਂਡ 11 ਵਜੇ ਦੀ ਗੱਲ ਆ, 11 ਵਜੇ ਚਟਨੀ ਬਣਾਈ ਸੀ ਕਿ ਹਾਂ ਜੇ ਤੂੰ ਰੈਪ ਬਣਾ ਰਹੀ ਹਾਂ, ਮੈਂ ਐੱਗ ਪਨੀਰ ਰੈਪ ਬਣਾ ਰਹੀ ਸੀ ਤਾਂ ਉਹਦੇ ਵਿੱਚ ਆਹ ਚਟਨੀ ਪਾਉਣੀ ਆ। ਸੋ ਉਹ ਵਾਲੀ ਚਟਨੀ ਇਹਨਾਂ ਨੂੰ ਦਹੀਂ ਭੱਲੇ 'ਚ ਵੀ ਬਹੁਤ ਸਵਾਦ ਲੱਗਦੀ ਆ, ਤੁਸੀਂ ਉਹ ਵੀ ਬਣਾ ਕੇ ਪਾ ਸਕਦੇ ਹੋ, ਠੀਕ ਆ, ਬਟ ਮੈਨੂੰ ਤਾਂ ਮਤਲਬ ਸਿੰਪਲ ਪਸੰਦ ਆ ਇਹ, ਠੀਕ ਆ। ਸੋ ਮੇਨ ਚੀਜ਼ ਹੈਗੀ ਆ ਤੁਹਾਡੇ ਭੱਲੇ, ਭੱਲੇ ਸਵਾਦ ਬਣਨੇ ਚਾਹੀਦੇ ਆ, ਜੇ ਤੁਸੀਂ ਭੱਲਿਆਂ 'ਤੇ ਥੋੜ੍ਹਾ ਜਿਹਾ ਫੋਕਸ ਕਰ ਲਉਂਗੇ, ਉਦੋਂ ਬਾਅਦ ਗਾਰਨਿਸ਼ਿੰਗ ਤਾਂ ਤੁਸੀਂ ਕੋਈ ਵੀ ਚੀਜ਼ ਨਾਲ ਕਰ ਸਕਦੇ ਹੋ ਨਾ ਆਪਣੇ ਟੇਸਟ ਦੇ ਅਕੋਰਡਿੰਗ। ਅਤੇ ਜੇ ਆਪਾਂ ਘਰ ਬਣਾਉਂਦੇ ਹਾਂ, ਹਾਈਜੀਨ ਹੁੰਦਾ, ਆਪਾਂ ਨੂੰ ਪਤਾ ਹੁੰਦਾ ਇਹਦੇ ਵਿੱਚ ਕੀ ਪਾਇਆ ਹੋਇਆ, ਆਪਾਂ ਕਿੱਦਾਂ ਇਹਦੀ ਸਫਾਈ ਕੀਤੀ ਹੋਈ ਆ, ਮਤਲਬ ਦਾਲ ਧੋਤੀ ਆ ਕਿ ਨਹੀਂ ਧੋਤੀ, ਪ੍ਰੋਪਰਲੀ ਗ੍ਰਾਇੰਡ ਹੋਇਆ ਵਾ। ਸੋ ਮੈਨੂੰ ਲੱਗਦਾ ਆਪਾਂ ਨੂੰ ਘਰ ਬਣਾ ਕੇ ਜ਼ਿਆਦਾ ਚੀਜ਼ਾਂ ਖਾਣੀਆਂ ਚਾਹੀਦੀਆਂ ਰੈਦਰ ਦੈਨ ਬਾਇੰਗ ਫਰੋਮ ਆਊਟਸਾਈਡ। ਅਤੇ ਨੈਕਸਟ ਮੈਂ ਕਾਜੂ ਦੀ ਬਰਫੀ ਵੀ ਬਣਾਉਣੀ ਹੈ ਘਰ, ਸੋ ਆਈਲ ਮੇਕ ਸ਼ੋਰ ਕਿ ਮੈਂ ਉਹਨੂੰ ਵੀ ਰਿਕਾਰਡ ਕਰਾਂ, ਅਤੇ ਮੈਂ ਉਹਨੂੰ ਵੀ ਤੁਹਾਨੂੰ ਮੈਂ ਕੱਲ੍ਹ ਦਿਖਾਵਾਂ ਕਿ ਕਾਜੂ ਦੀ ਬਰਫੀ ਵੀ ਕਿੱਦਾਂ ਬਣਦੀ ਹੈ। ਅਤੇ ਤੁਸੀਂ ਜੀ ਦਹੀਂ ਭੱਲੇ ਬਣਾਓ, ਮੈਨੂੰ ਇੰਸਟਾਗ੍ਰਾਮ 'ਤੇ ਟੈਗ ਜ਼ਰੂਰ ਕਰਿਓ ਜਿਹਨਾਂ ਜਿਹਨਾਂ ਨੇ ਵੀ ਘਰ ਬਣਾਏ, ਜਾਂ ਮੈਨੂੰ ਫੋਟੋਜ਼ ਭੇਜਿਓ ਇੰਸਟਾਗ੍ਰਾਮ 'ਤੇ ਕਿ ਅਸੀਂ ਰੈਸਿਪੀ ਦੇਖ ਕੇ ਤੁਹਾਡੀ ਦਹੀਂ ਭੱਲੇ ਘਰ ਬਣਾਇਆ। ਰੈਸਟ ਆਪਾਂ ਇਸ ਵਲੋਗ ਨੂੰ ਇੱਥੇ ਹੀ ਐਂਡ ਕਰਦੇ ਹਾਂ। ਥੈਂਕ ਯੂ ਸੋ ਮੱਚ ਵਲੋਗਸ ਦੇਖਣ ਲਈ, ਐਂਡ ਥੈਂਕ ਯੂ ਸੋ ਮੱਚ ਮੈਸੇਜਸ ਕਰਨ ਦੇ ਲਈ ਕਿ ਵਲੋਗ ਪਾਓ। ਐਂਡ ਇਹ ਸਾਰੇ ਵਲੋਗਸ ਮੈਂ ਉਹਨਾਂ ਲਈ ਪਾ ਰਹੀ ਹਾਂ ਜਿਹੜੇ ਮੇਰੇ ਵਲੋਗਸ ਦੇਖਣਾ ਚਾਹੁੰਦੇ ਆ, ਠੀਕ ਆ। ਸੋ ਨੈਕਸਟ ਵਲੋਗ ਮੈਂ ਫੋਰ ਸ਼ੋਰ ਕਾਜੂ ਦੀ ਬਰਫੀ 'ਤੇ ਪਾਊਂਗੀ। ਮਿਲਦੇ ਨੈਕਸਟ ਵਲੋਗ ਨਾਲ, ਬਾਏ ਬਾਏ।